Hello everyone, this is Ekta Kamboj and welcome back to our Excellence Academy Jalalabad West. ਕਿਵੇਂ ਹੋ ਤੁਸੀਂ ਸਾਰੇ? ਜਿੱਦਾਂ ਤੁਹਾਨੂੰ ਪਤਾ ਹੀ ਹੈ, ਆਪਣਾ ਮੈਥਸ ਦਾ ਟੋਪਿਕ ਚੱਲ ਰਿਹਾ ਸੀ ਨੰਬਰ ਸਿਸਟਮ. ਠੀਕ ਆ, ਮੈਥਸ ਦੀ ਸੀਰੀਜ਼ ਚੱਲ ਰਹੀ ਸੀ ਨੰਬਰ ਸਿਸਟਮ ਦੀ. ਅੱਜ ਆਪਾਂ ਆਪਣਾ ਆਲਮੋਸਟ ਚੈਪਟਰ ਕੰਪਲੀਟ ਸੀਗਾ, ਬਸ ਥੋੜ੍ਹੇ ਬਹੁਤ ਬੇਸਿਕਸ ਜੋ ਰਹਿੰਦੇ ਆ ਉਹ ਅੱਜ ਆਪਾਂ ਕਵਰ ਕਰ ਲਾਂਗੇ. ਐਂਡ ਅੱਜ ਆਪਾਂ ਉਸ ਬੇਸਿਕਸ ਦੇ ਨਾਲ ਨਾਲ ਐਮ ਸੀ ਕਿਊਜ਼ ਵੀ ਕਵਰ ਕਰਨੇ ਆ. ਠੀਕ ਆ, ਕਿਉਂਕਿ ਅਗਰ ਕੁਸ਼ਚਨ ਹੀ ਨਾ ਸੋਲਵ ਕੀਤੇ ਤਾਂ ਫਿਰ ਸਾਰੀ ਥਿਊਰੀ ਕਰਨ ਦਾ ਕੀ ਫਾਇਦਾ? ਅਗਰ ਕੁਸ਼ਚਨ ਪੇਪਰ 'ਚ ਸੋਲਵ ਹੀ ਨਾ ਹੋਏ ਜਾਂ ਤੁਹਾਨੂੰ ਪਤਾ ਹੀ ਨਾ ਹੋਏ ਕੁਸ਼ਚਨ ਕਿਸ ਟਾਈਪ ਦਾ ਆਉਂਦਾ ਪੇਪਰ 'ਚ, ਤਾਂ ਕੀ ਫਾਇਦਾ ਸਾਰੀ ਥਿਊਰੀ ਕਰਨ ਦਾ? ਰਾਈਟ, ਚਲੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਪ੍ਰੀਵੀਅਸ ਲੈਕਚਰਸ ਲਗਾ ਰਹੇ ਹੋ. ਰਾਈਟ, ਚਲੋ ਅੱਗੇ ਸ਼ੁਰੂ ਕਰਦੇ ਹਾਂ ਅੱਜ ਦਾ ਟੋਪਿਕ. ਉਸ ਤੋਂ ਪਹਿਲਾਂ ਕੁਛ ਬੇਸਿਕਸ, ਕੁਛ ਗੱਲਾਂ ਤੁਹਾਡੇ ਲਈ ਜ਼ਰੂਰੀ ਆ, ਜੋ ਆਪਣੇ ਇਹੀ ਚੈਨਲ 'ਤੇ ਹਿਸਟਰੀ ਦੇ ਐਮ ਸੀ ਕਿਊਜ਼ ਦੀ ਸੀਰੀਜ਼ ਚੱਲ ਰਹੀ ਹੈ 300+ ਐਮ ਸੀ ਕਿਊਜ਼ ਦੀ. ਐਂਡ ਜਿਹੜੇ ਵੀ ਬੱਚਿਆਂ ਨੂੰ ਨੀਡ ਹੈਗੀ ਆ, ਬਹੁਤ ਸਿੰਪਲ ਵੇ ਨਾਲ ਸਮਝਾਏ ਜਾ ਰਹੇ ਆ ਐਮ ਸੀ ਕਿਊਜ਼, ਉਹ ਪਲੀਜ਼ ਜਾ ਕੇ ਜ਼ਰੂਰ ਲੈਕਚਰ ਲਗਵਾਇਓ. ਓਕੇ, ਐਂਡ ਇਹਨਾਂ ਸਾਰੇ ਲੈਕਚਰਸ ਦੀ ਤੁਹਾਨੂੰ ਪੀ ਡੀ ਐਫ ਟੈਲੀਗ੍ਰਾਮ ਚੈਨਲ 'ਤੇ ਮਿਲ ਜਾਏਗੀ. ਟੈਲੀਗ੍ਰਾਮ ਚੈਨਲ ਦਾ ਲਿੰਕ ਤੁਹਾਨੂੰ ਇਹੀ ਵੀਡੀਓ ਦੀ ਡਿਸਕ੍ਰਿਪਸ਼ਨ ਬੋਕਸ 'ਚ ਮਿਲ ਜਾਏਗਾ. ਠੀਕ ਆ, ਅਤੇ ਜਿਹੜੇ ਵੀ ਬੱਚੇ ਚੈਨਲ 'ਤੇ ਨਵੇਂ ਆ, ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ. ਅਤੇ ਸਾਰੇ ਬੱਚੇ ਵੀਡੀਓ ਨੂੰ ਲਾਈਕ ਕਮੈਂਟ ਕਰਨਾ ਨਾ ਭੁੱਲਿਓ, ਅਤੇ ਸ਼ੇਅਰ ਜ਼ਰੂਰ ਕਰ ਦਿਓ. ਓਕੇ, ਚਲੋ ਅੱਗੇ ਅੱਜ ਦੇ ਟੋਪਿਕ ਵੱਲ ਚੱਲਦੇ ਹਾਂ. ਆਪਾਂ ਅੱਜ ਆਪਾਂ ਕਰਾਂਗੇ ਨੰਬਰ ਸਿਸਟਮ 'ਚ ਜਿਹੜੇ ਦੋ ਫੇਸ ਵੈਲਿਊ ਅਤੇ ਪਲੇਸ ਵੈਲਿਊ. ਫੇਸ ਵੈਲਿਊ ਅਤੇ ਪਲੇਸ ਵੈਲਿਊ ਸੁਣੇ ਹੋਏ ਆ ਨਾ ਕੀ ਹੁੰਦੇ ਆ? ਬਸ ਉਹੀ ਡਿਸਕਸ ਕਰਨਾ ਅੱਜ ਆਪਾਂ. ਠੀਕ ਹੈ, ਪਹਿਲਾਂ ਫੇਸ ਵੈਲਿਊ ਕਰਦੇ ਹਾਂ. ਫੇਸ ਵੈਲਿਊ ਉਹ ਹੁੰਦੀ ਆ, ਜਿਵੇਂ ਆਪਾਂ ਸੁਣਦੇ ਹਾਂ ਨਾ, ਸਾਰੇ ਕਹਿੰਦੇ ਹੁੰਦੇ ਆ, ਜਿਵੇਂ ਦੀ ਸ਼ਕਲ ਹੁੰਦੀ ਆ ਉਵੇਂ ਦੀ ਫੋਟੋ ਆਉਂਦੀ ਹੁੰਦੀ ਆ. ਸੁਣਿਆ ਹੋਇਆ ਨਾ ਸਾਰਿਆਂ ਨੇ? ਉਹੀ ਆ ਬਸ, ਜਿਵੇਂ ਦਾ ਫੇਸ ਹੋਏਗਾ ਉਵੇਂ ਦਾ ਹੀ ਆਨਸਰ ਵਿੱਚ ਸ਼ੋ ਹੋਏਗਾ. ਠੀਕ ਹੈ, ਜਿਵੇਂ ਆਪਾਂ ਐਗਜ਼ਾਮਪਲ ਲੈ ਲਈਏ, 3 4 7 2 1 5, ਇਹ ਉਹਨਾਂ ਨੇ ਐਗਜ਼ਾਮਪਲ ਦਿੱਤੀ ਆ. ਉਹਨਾਂ ਨੇ ਪੁੱਛਿਆ ਫੇਸ ਵੈਲਿਊ ਆਫ 3 ਦੀ ਫੇਸ ਵੈਲਿਊ ਪੁੱਛੀ ਆ ਉਹਨਾਂ ਨੇ, ਤਾਂ ਐਜ਼ ਇਟ ਇਜ਼ ਆ ਜਾਏਗਾ ਆਨਸਰ, ਕੀ ਆ ਜਾਏਗਾ? 3, ਸੇਮ ਨਾ ਆ ਗਈ, ਡਿਟੋ. ਅੱਗੇ ਇੱਕ ਹੋਰ ਐਗਜ਼ਾਮਪਲ ਦੇਖਦੇ ਹਾਂ. ਅਗਰ ਉਹਨਾਂ ਨੇ ਕਿਹਾ ਹੈ 5 4 2 6 1, ਇਹਦੇ ਵਿੱਚ 2 ਦੀ ਫੇਸ ਵੈਲਿਊ, 2 ਦੀ ਕੀ ਫਾਈਂਡ ਕਰਨੀ ਹੈ ਆਪਾਂ? ਫੇਸ ਵੈਲਿਊ. 2 ਦੀ ਫੇਸ ਵੈਲਿਊ ਕੀ ਆ ਜਾਏਗੀ? 2. ਠੀਕ ਹੈ, ਫੇਸ ਵੈਲਿਊ ਉਹ ਹੁੰਦੀ ਆ ਜਿਹੜੇ ਨੰਬਰ ਦੀ ਫੇਸ ਵੈਲਿਊ ਪੁੱਛੀ ਹੈ ਐਜ਼ ਇਟ ਇਜ਼ ਉਹੀ ਨੰਬਰ ਆ ਜਾਣਾ. ਠੀਕ ਹੈ, ਉਹ ਹੁੰਦੀ ਫੇਸ ਵੈਲਿਊ. ਪਲੇਸ ਵੈਲਿਊ ਥੋੜ੍ਹੀ ਜਿਹੀ ਡਿਫਰੈਂਟ ਹੈ ਇਹਦੇ ਨਾਲੋਂ, ਉਹ ਕੀ ਹੈਗੀ ਆ ਆਪਾਂ ਅੱਗੇ ਡਿਸਕਸ ਕਰਦੇ ਹਾਂ. ਜਿਵੇਂ ਪਲੇਸ ਵੈਲਿਊ ਜਿਹੜੀ ਜਗ੍ਹਾ 'ਤੇ ਉਹ ਪਈ ਆ ਉਹਦੇ ਬਾਰੇ ਐਕਸਪਲੇਨ ਕਰਨਾ, ਉਹ ਹੁੰਦੀ ਹੈ ਪਲੇਸ ਵੈਲਿਊ. ਪਲੇਸ ਮਤਲਬ ਜਿੱਥੇ ਉਹ ਡਿਜ਼ਿਟ ਆ, ਜਿੱਥੇ ਉਹ ਟਰਮ ਪਈ ਹੋਈ ਆ ਉਹਨੂੰ ਐਕਸਪਲੇਨ ਕਰਨਾ, ਉਹਨੂੰ ਡਿਫਾਈਨ ਕਰਨਾ. ਜਿਵੇਂ ਆਪਾਂ ਐਗਜ਼ਾਮਪਲ ਦੇ ਤੌਰ 'ਤੇ ਦੇਖੀਏ ਤਾਂ ਉਹੀ ਸੇਮ ਐਗਜ਼ਾਮਪਲ ਅਗਰ ਆਪਾਂ ਪਿੱਕ ਕਰ ਲਈਏ 5 4 2 6 1, ਹੁਣ ਇਹਦੇ ਵਿੱਚ ਅਗਰ ਉਹਨਾਂ ਨੇ ਪੁੱਛਿਆ ਆਪਾਂ ਨੂੰ ਪਲੇਸ ਵੈਲਿਊ ਆਫ 2, ਉੱਥੇ ਆਪਾਂ ਫੇਸ ਵੈਲਿਊ ਕੀਤੀ ਸੀ ਐਜ਼ ਇਟ ਇਜ਼ 2 ਆ ਗਿਆ ਸੀ ਨਾ ਆਨਸਰ, ਹੁਣ ਉਹਨਾਂ ਨੇ ਆਪਾਂ ਨੂੰ ਪੁੱਛਿਆ ਫੇਸ ਵੈਲਿਊ ਆਫ 2, ਫੇਸ ਵੈਲਿਊ ਕੀ ਹੋ ਜਾਏਗੀ 2 ਦੀ? 2 ਐਜ਼ ਇਟ ਇਜ਼, ਪਿੱਛੇ ਉਹਦੇ ਕਿੰਨੇ ਨੰਬਰਸ ਹੈਗੇ ਆ? 1 2, 2 ਜ਼ੀਰੋਜ਼ ਲੱਗ ਜਾਣਗੀਆਂ. ਓਕੇ,
अगर आप दूसरा देखिए, प्लेस वैल्यू ऑफ फोर, फोर द प्लेस वैल्यू देखिए था, वन टू थ्री कितने डिजिट्स होंगे पीछे, तीन, एक दो तीन, फिर फोर एज इट इज, वन टू थ्री, वन टू थ्री, ठीक है, सिंपल जहा सी ना, बिल्कुल ये होंगी है प्लेस वैल्यू ऑफ अ नंबर। फेस वैल्यू एज इट इज, प्लेस वैल्यू जिन्हें पिछे नंबर होंगे उन्निया जीरोज लग जानिया वो होंगी है प्लेस वैल्यू। ओके अगे आप देखते हैं, अगर इनू आप एक फॉर्मूले के वे नाल देखिए तो प्लेस वैल्यू की होंगी है, प्लेस वैल्यू ऑफ यूनिट डिजिट, यूनिट डिजिट पता है की होंगे जी, फस्ट उत्ते होंगी आ पिछों की पहले नंबर पर होंगी वो यूनिट डिजिट होंगी, ठीक है। यूनिट डिजिट की प्लेस वैल्यू की होंगी, यूनिट डिजिट नाल मल्टीप्लाई कर देना होंगे वन, क्योंकि वह किन्ने नंबर पर हैगी आ, फस्ट नंबर पर। ओके अगे आप देखते हैं टेंस डिजिट का, टेंस डिजिट, टेंस डिजिट की क्या आ जाएगी, टेंस डिजिट मल्टीप्लाई बाय टेन, क्योंकि केड़ी डिजिट हैगी है, टेंस डिजिट है, टेंस डिजिट टाइम मल्टीप्लाई बाय टेन। अगे आप देखते हैं अगर हंड्रेड डिजिट आ जाती है, हंड्रेड वाली तो की होएगी, हंड्रेड डिजिट मल्टीप्लाई बाय हंड्रेड अप टू सो ऑन, अगे अगर थाउजेंड की आ जाती है तो मल्टीप्लाई बाय थाउजेंड, मल्टीप्लाई बाय टेन थाउजेंड, अगे कंटिन्यू चलती जाती होंगी है, ठीक है। बस बिल्कुल सिंपल हैगा, जिन्हें पिछे नंबर्स बचते हैं उन्निया चुप करके जीरोज नाल लगा दो, ठीक है, होर कुछ नहीं करना है इन्हें। तो फेस वैल्यू तो यह भी नहीं करना, फेस वैल्यू एज इट इज़ चक के नंबर लिख देना है, ठीक है, क्योंकि जिमें की शक्ल होंगी है उवें की ही फोटो आँदी होंगी है, कैमरा भावें जिन्ना मर्जी महंगा लै लो, ठीक है, वो गल वक्री है, तुसी फिल्टर ला के सोहने बन जाओगे, ओके, पर शक्ल जिमें की हैगी है उवें की ही फोटो आँदी होंगी आ, फेस जिमें का हैगा उवें की फोटो आएगी। ओके ये प्लेस वैल्यू तो फेस वैल्यू, ठीक है। अगे आप चलते हाँ नंबर रेंज, नंबर ऑफ प्राइम्स, किन्ने तो किन्ने नंबर तक किन्ने प्राइम नंबर्स होंगे ये आप डिस्कस करना है, ये पता बहुत इंपॉर्टेंट है, कई बार ना पेपर च एज इट इज़ क्वेश्चन पूछ लेंदे होंगे भी एने तो एने तक किन्ने नंबर होंगे प्राइम, एने तो एने तक किन्ने होंगे, ठीक है। ये तुसी टेबल हैगा एक, तुसी एज इट इज़ याद करना है, इनकी भी पी डी एफ तुहानू टैलीग्राम चैनल पर मिल जाएगी, ठीक है, एज इट इज़ मिल जाएगी, इनू एज इट इज़ ही याद करना है। ओके तो जेडे फस्ट हंड्रड या 200 अप्रोक्सीमेट तुसी प्राइम नंबर्स भी याद करने हैं, ठीक है, घट तो घट 100 तक तो याद होने ही चाहिए ने भी केड़े केड़े हैगे आ। ओके पेपर च ईजी हो जाता होंगे। अगे आप देखते हैं किन्ने तो किन्ने तक किन्ने प्राइम नंबर्स हैगे आ, 1 to 100 अगर देखिए 25, 101 to 200 21, 201 to 300 16, 301 to 400 16, 401 to 500 17, 501 to 600 तक 14, 601 to 700 16, 16 देखो कितनी बार आ गया, एक दो तीन, अगे 701 to 800 किन्ने 14, 801 to 900 15, 901 to 1000 14, ओके ये तुसी 1000 तक टोटल भी याद करने हैं। ओके
ਟੋਟਲ ਕਿੰਨੇ ਹੋਣਗੇ ਇਹ ਵੀ ਤੁਹਾਨੂੰ ਯਾਦ ਹੋਣਾ ਚਾਹੀਦਾ ਹੈ, ਅਤੇ ਪਰਟੀਕੁਲਰਲੀ ਇੱਕ ਇੱਕ ਦਾ ਪਤਾ ਹੀ ਹੋਣਾ ਚਾਹੀਦਾ, ਠੀਕ ਹੈ, ਇਹ ਜ਼ਰੂਰੀ ਹੈ। ਓਕੇ, ਇਹਦੇ 'ਚ ਸਮਝਾਉਣ ਵਾਲਾ ਤਾਂ ਕੁਛ ਹੈ ਨਹੀਂ, ਐਜ਼ ਇਟ ਇਜ਼ ਤੁਸੀਂ ਯਾਦ ਹੀ ਕਰਨਾ, ਠੀਕ ਹੈ, ਇਹ ਯਾਦ ਕਰ ਲਿਓ। ਅੱਗੇ ਆਪਾਂ ਦੇਖਦੇ ਹਾਂ ਇੰਪੋਰਟੈਂਟ ਫਾਰਮੂਲੇਜ਼। ਕੁਛ ਨਾ ਮੈਥਸ ਦੇ ਇੰਪੋਰਟੈਂਟ ਫਾਰਮੂਲੇ ਹੈਗੇ ਆ, ਇਹ ਬੇਸਿਕਸ ਜਿੱਦਾਂ ਹਰ ਇੱਕ ਚੈਪਟਰ 'ਚ ਜਾਂ ਫਿਰ ਕਿਤੇ ਵੀ ਦੇਖੀਏ ਤਾਂ ਯੂਜ਼ ਹੋ ਹੀ ਜਾਂਦੇ ਆ, ਠੀਕ ਹੈ, ਉਹਨਾਂ ਨੂੰ ਆਪਾਂ ਅੱਗੇ ਸਟੱਡੀ ਕਰਦੇ ਹਾਂ ਅੱਜ। ਫਸਟ ਹੈਗਾ ਏ ਪਲੱਸ ਬੀ ਦਾ ਹੋਲ ਸਕੇਅਰ। ਏ ਪਲੱਸ ਬੀ ਦਾ ਹੋਲ ਸਕੇਅਰ, ਇਹਦਾ ਫਾਰਮੂਲਾ ਕੀ ਆ, ਪਹਿਲਾਂ ਸਕੇਅਰ ਏ ਨਾਲ ਲੱਗ ਜਾਏਗਾ, ਫਿਰ ਬੀ ਨਾਲ ਲੱਗ ਜਾਏਗਾ, ਫਿਰ ਇਹ ਜਿਹੜਾ 2 ਹੈਗਾ ਅੱਗੇ ਆ ਜਾਏਗਾ, ਏ ਅਤੇ ਬੀ ਮਲਟੀਪਲਾਈ ਹੋ ਜਾਣਗੇ। ਏ ਪਲੱਸ ਬੀ ਦਾ ਹੋਲ ਸਕੇਅਰ ਏ ਸਕੇਅਰ ਪਲੱਸ ਬੀ ਸਕੇਅਰ ਪਲੱਸ 2AB। ਓਕੇ, ਅੱਗੇ ਏ ਪਲੱਸ ਬੀ ਦਾ ਹੋਲ ਸਕੇਅਰ ਪਲੱਸ ਏ ਮਾਈਨਸ ਬੀ ਦਾ ਹੋਲ ਸਕੇਅਰ, ਇਕੱਠੇ ਆ ਗਏ 2, ਇਹਦਾ ਕੀ ਹੋਏਗਾ, 2 ਇੰਟੂ ਏ ਸਕੁਅਰ ਪਲੱਸ ਬੀ ਸਕੁਅਰ। ਓਕੇ, ਅੱਗੇ ਏ ਮਾਈਨਸ ਬੀ ਦਾ ਹੋਲ ਸਕੇਅਰ, ਜਿਵੇਂ ਆ ਪਲੱਸ ਸੀਗਾ ਆ ਮਾਈਨਸ ਆ ਗਿਆ, ਏ ਸਕੁਅਰ ਪਲੱਸ ਬੀ ਸਕੇਅਰ ਮਾਈਨਸ 2AB, ਠੀਕ ਹੈ, ਇੱਥੇ ਪਲੱਸ ਹੀ ਰਹਿਣਾ, ਜਿਵੇਂ ਇੱਥੇ ਪਲੱਸ ਏ ਇੱਥੇ ਵੀ ਪਲੱਸ ਏ। ਓਕੇ, ਪਰ ਆ ਪਿੱਛੇ ਵਾਲਾ ਪਲੱਸ ਮਾਈਨਸ ਸਿਰਫ ਚੇਂਜ ਹੁੰਦਾ ਹੁੰਦਾ, ਠੀਕ ਹੈ। ਅੱਗੇ ਆਪਾਂ ਦੇਖਦੇ ਹਾਂ ਫੋਰਥ, ਏ ਪਲੱਸ ਬੀ ਦਾ ਹੋਲ ਸਕੁਅਰ ਮਾਈਨਸ ਏ ਮਾਈਨਸ ਬੀ ਦਾ ਹੋਲ ਸਕੁਅਰ ਇਜ਼ ਇਕੁਅਲ ਟੂ 4AB, ਠੀਕ ਹੈ, 4AB। ਅੱਗੇ ਦੇਖਦੇ ਹਾਂ ਫਿਫਥ, ਏ ਪਲੱਸ ਬੀ ਦਾ ਹੋਲ ਕਿਊਬ, ਏ ਪਲੱਸ ਬੀ ਦਾ ਹੋਲ ਕਿਊਬ। ਅੱਗੇ ਆਪਾਂ ਕੀਤੇ ਸੀ ਸਕੁਅਰ ਵਾਲੇ, ਹੁਣ ਕਿਊਬ ਵਾਲੇ, ਏ ਕਿਊਬ ਪਲੱਸ ਬੀ ਕਿਊਬ ਪਲੱਸ 3AB ਇੰਟੂ ਏ ਪਲੱਸ ਬੀ। ਆ ਜਿਹੜਾ 3AB ਹੈਗਾ ਨਾ, ਇਹ ਅੰਦਰ ਵੀ ਜਾ ਸਕਦਾ ਹੈ। ਓਕੇ, ਅੱਗੇ ਏ ਮਾਈਨਸ ਬੀ ਦਾ ਹੋਲ ਕਿਊਬ, ਏ ਕਿਊਬ ਮਾਈਨਸ ਬੀ ਕਿਊਬ ਮਾਈਨਸ 3AB ਇੰਟੂ ਏ ਮਾਈਨਸ ਬੀ। ਓਕੇ, ਇਹਦੀ ਸੈਕਿੰਡ ਫੋਰਮ ਅਗਰ ਇੱਦਾਂ ਲਿਖਿਆ ਹੋਇਆ ਆ ਜੇ, ਏ ਕਿਊਬ ਮਾਈਨਸ ਬੀ ਕਿਊਬ ਮਾਈਨਸ 3A² B ਪਲੱਸ 3AB² ਜਿੱਦਾਂ ਮੈਂ ਇੱਥੇ ਕਿਹਾ ਸੀ ਨਾ, ਆ 3AB ਅੰਦਰ ਵੀ ਜਾ ਸਕਦਾ ਹੈ, ਇੱਥੇ ਉਹੀ ਫੋਰਮ ਆ ਗਈ, ਅੰਦਰ ਜਾ ਕੇ ਕੀ ਬਣ ਜਾਏਗਾ, 3A² B ਮਾਈਨਸ ਮਾਈਨਸ ਪਲੱਸ ਹੋ ਜਾਣਗੇ, 3AB² ਓਕੇ। ਅੱਗੇ ਦੇਖਦੇ ਹਾਂ ਸੈਵਨਥ ਨੰਬਰ, ਏ ਸਕੁਅਰ ਮਾਈਨਸ ਬੀ ਸਕੁਅਰ, ਇਹਦਾ ਕੀ ਹੋ ਜਾਏਗਾ, ਏ ਪਲੱਸ ਬੀ ਏ ਮਾਈਨਸ ਬੀ। ਓਕੇ, ਅੱਗੇ ਇਫ ਉਹਨਾਂ ਨੇ ਕੰਡੀਸ਼ਨ ਦੇ ਤੀ ਪਹਿਲਾਂ, ਠੀਕ ਹੈ, ਅਗਰ ਏ ਪਲੱਸ ਬੀ ਪਲੱਸ ਸੀ ਇਜ਼ ਇਕੁਅਲ ਟੂ 0 ਹੈਗਾ, ਜੇਕਰ ਏ ਪਲੱਸ ਬੀ ਪਲੱਸ ਸੀ 0 ਏ ਤਾਂ ਫਿਰ ਕੀ ਹੋਏਗਾ, ਏ ਕਿਊਬ ਪਲੱਸ ਬੀ ਕਿਊਬ ਪਲੱਸ 3C³ ਪਲੱਸ ਸੀ ਕਿਊਬ ਕਿਹਦੇ ਇਕੁਅਲ ਹੋ ਜਾਏਗਾ, 3ABC ਦੇ। ਦੁਬਾਰਾ ਦੇਖਦੇ ਹਾਂ, ਅਗਰ ਏ ਪਲੱਸ ਬੀ ਪਲੱਸ ਸੀ ਇਜ਼ ਇਕੁਅਲ ਟੂ 0 ਏ, ਕੰਡੀਸ਼ਨ ਏ, ਅਗਰ ਕੋਈ ਵੀ ਕੁਐਸਚਨ ਇਹ ਕੰਡੀਸ਼ਨ ਫੋਲੋ ਕਰਦਾ ਹੈ ਤਾਂ ਕੀ ਹੋ ਜਾਏਗਾ, ਏ ਦਾ ਕਿਊਬ ਪਲੱਸ ਬੀ ਦਾ ਕਿਊਬ ਪਲੱਸ ਸੀ ਦਾ ਕਿਊਬ ਕਿਹਦੇ ਇਕੁਅਲ ਹੋ ਜਾਏਗਾ, 3ABC ਦੇ ਇਕੁਅਲ, ਠੀਕ ਹੈ। ਅੱਗੇ ਦੇਖਦੇ ਹਾਂ ਆਪਾਂ, ਏ ਕਿਊਬ ਮਾਈਨਸ ਬੀ ਕਿਊਬ ਕਿਹਦੇ ਇਕੁਅਲ ਹੁੰਦਾ ਹੈ, ਏ ਮਾਈਨਸ ਬੀ ਸਾਰੇ ਨਾਲ ਮਲਟੀਪਲਾਈ ਹੋ ਰਿਹਾ ਹੈ, ਏ ਸਕੁਅਰ ਪਲੱਸ ਬੀ ਸਕੁਅਰ ਪਲੱਸ ਏ ਬੀ। ਓਕੇ, ਅੱਗੇ ਦੇਖਦੇ ਹਾਂ ਲਾਸਟ ਫਾਰਮੂਲਾ ਅੱਜ ਦਾ, ਏ ਪਲੱਸ ਬੀ ਦਾ ਹੋਲ ਕਿਊਬ। ਹੁਣ ਕੀ ਆ ਗਿਆ, ਏ ਪਲੱਸ ਬੀ ਦਾ ਹੋਲ ਕਿਊਬ। ਅੱਗੇ ਆਪਾਂ ਏ ਮਾਈਨਸ ਬੀ ਦਾ ਹੋਲ ਕਿਊਬ ਕੀਤਾ ਸੀ ਨਾ ਉੱਪਰ, ਹੁਣ ਪਲੱਸ ਵਾਲਾ ਆ ਗਿਆ, ਸਿੰਪਲ ਐਜ਼ ਇਟ ਇਜ਼ ਸੇਮ ਹੈਗਾ, ਬਸ ਇੱਕ ਸਾਈਨ ਦੀ
चेंज आना, ठीक है। ए क्यूब प्लस बी क्यूब प्लस 3ab इंटू ए प्लस बी, ये भी अंदर चला जाएगा, 3a² b प्लस 3ab² ओके। एक गल हमेशा ध्यान रखियो, जिथे प्लस होए ना उथे हमेशा प्लस ही आता होंगे, तो जिथे जिहड़ी टर्म च माइनस दिता होए उथे लास्ट ते जाके टर्म च माइनस आ जाता होंगे, ठीक है। बहुत ईजी फॉर्मूले है बच्चे, जो तुसी हुण तक मैथ की क्लास च मोस्टली पढ़े होणगे, ठीक है। तो पता है बोले कुछ ईजी भी है गया ते इंपोर्टेंट भी है गया, सिर्फ ईजी नहीं कह सकते इंपोर्टेंट भी है गया नाल नाल। पेपर च कई बार एज इट इज क्वेश्चन आ जाता हुंदा है तो उन्हें सॉल्व करने वास्ते यही फॉर्मूले यूज हुंदे ने, ठीक है ओके। लग गई समझ? चलो अगे करते हैं, अज का लास्ट टॉपिक, फिर आप एमसीक्यूज वाल फरदर प्रोसीड करांगे ओके। देखते हैं सक्सैसर ते प्रीसेसर। सक्सैसर की हुंदा है? सक्सैसर मतलब एस ते सक्सैस, हर कोई सक्सैस होना चाहता है। सक्सैस का मतलब की है? अगे वधना, हर कोई चाहता ना सक्सैस होना। तुसी भी जिन्हें भी बच्चे लैक्चर लगा रहे हो ऑलमोस्ट 101% हर एक बच्चे की उम्मीद आही है कि असी सक्सैस होना है, असी लाइफ च कुछ बनना है, ठीक है। तो उन्होंने देखते हुए एज इट इज़ आप अगर देखिए सक्सैसर की हुंदा है, द नंबर दैट सक्सीड्स और कम्स आफ्टर द गिवन नंबर। एग्जाम्पल नाल आप देखते हाँ, उन्होंने सिंपल वर्डिंग दस्या आप नंबर दैट सक्सीड्स और कम्स आफ्टर अ गिवन नंबर। गिवन नंबर आप देखते हैं एग्जाम्पल्स 3, 4, 7, उन्होंने क्या है इनका सक्सैसर फाइंड करो। इनका सक्सैसर की होएगा? हमेशा जो भी सक्सैसर कह आप प्लस वन कर देना होंगे, की कर देना है प्लस वन। आंसर की आ जाएगा 3, 4 and 8 ओके। आंसर की आ जाएगा 3, 4, 8। एक होर आप एग्जाम्पल देखते हैं 7, 6, 0, इन्हें भी की करांगे हुण प्लस द वन, प्लस वन करके की आ जाएगा 5, 6, 1 ठीक है। अगे होर देखते हैं 999 प्लस वन की बन जाएगा 1000 ठीक है। ये होंगे ने सक्सैसर। अगे आप देखते हैं प्रीसैसर, उनका उल्ट बिल्कुल। प्री मतलब पिछे, प्री कहड़ा होंगे जोड़ा पहला होंगे पिछे वाला, ठीक है। द नंबर दैट प्रसीड्स और कम्स बिफोर द गिवन नंबर, इतने उन्होंने की कहता बिफोर द गिवन नंबर, गिवन नंबर दे पहला जोड़ा आता होंगे है, उत्थे आप प्लस माइन वन किया, इतने आप माइनस वन कर देना है ओके। जिदा आप एग्जाम्पल लें 5, 2, 1, 6 हूँ उन्होंने क्या है इनू सॉल्व करो तो इनका प्रोसैसर क्ढो, वो की होएगा माइनस वन कर देंगे 5, 2, 1, 5 वन माइनस हो गया इनका आंसर है। अगे होर देखते हैं 3, 7, 9 3, 7, 9 चो माइनस वन 3, 7 and 8 ठीक है। इदा करने ने बहुत सिंपल दो ट्रिक्स है, दो फॉर्मूले या दो चीज़ा इंपोर्टेंट सीगिया ये क्वेश्चन पूछिया जा सकदियाँ, ठीक है। एंड तुहानू पता जिहड़ी अभी अज आप कर रहे हैं ना, जिहड़े भी इंपोर्टेंट पॉइंट्स आप अज डिस्कस कर रहे हैं ये पेपर च एज इट इज़ पूछे जाते हैं, ठीक है। कई बार किसी क्वेश्चन च यूज हो जाते हैं, जा कई बार तो सिंपल अगर उन्होंने क्वेश्चन पूछना है तो उनका सक्सैसर ही पूछ लेंगे, ठीक है।
ਬਾਕੀ ਇੰਨਾ ਸਿੰਪਲ ਕੁਸ਼ਚਨ ਆਉਂਦਾ ਨਹੀਂ ਹੁੰਦਾ, ਪਰ ਫਿਰ ਵੀ ਤੁਹਾਡੀ ਕਿਸਮਤ ਤੁਹਾਡੇ ਨਾਲ। ਠੀਕ ਹੈ, ਚਲੋ ਅੱਗੇ ਦੇਖਦੇ ਹਾਂ। ਇਹ ਹੈਗਾ ਇੱਕ ਗ੍ਰਾਫ ਪੈਟਰਨ ਹੈ, ਜਿਹੜਾ ਤੁਹਾਡੇ ਸਾਰੇ ਨੰਬਰ ਸਿਸਟਮਸ ਦੇ ਜੋ ਤੁਹਾਨੂੰ ਪ੍ਰੋਬਲਮਸ ਹੈਗੀਆਂ, ਵੀ ਕਿਹੜਾ ਨੰਬਰ ਕਿਹਦਾ ਸਬਸੈਟ ਹੈਗਾ ਹੈ, ਕਿਹੜਾ ਨੰਬਰ ਕਿਹਦਾ ਸੈੱਟ ਹੈਗਾ ਹੈ, ਕਿਹੜੇ ਨੰਬਰ ਕਿਹਦੇ ਵਿੱਚ ਕਾਊਂਟ ਹੁੰਦੇ ਨੇ, ਕਿਹੜੇ ਨੰਬਰ ਨਹੀਂ ਕਾਊਂਟ ਹੁੰਦੇ, ਸਾਰਾ ਕੁਝ ਇਹਦੇ 'ਚ ਕਲੀਅਰ ਹੋ ਜਾਏਗਾ। ਠੀਕ ਹੈ, ਇਹਨੂੰ ਤੁਸੀਂ ਬੱਚੇ ਬਹੁਤ ਧਿਆਨ ਨਾਲ ਸਮਝਣਾ ਹੈ। ਓਕੇ, ਚਲੋ ਅੱਗੇ ਦੇਖਦੇ ਹਾਂ ਆਪਾਂ। ਸਭ ਤੋਂ ਛੋਟੇ ਅਤੇ ਸਭ ਤੋਂ ਘੱਟ ਕੀ ਹੁੰਦੇ ਆ, ਨੈਚੁਰਲ ਨੰਬਰਸ। ਠੀਕ ਹੈ, ਸਭ ਤੋਂ ਛੋਟੇ ਅਤੇ ਸਭ ਤੋਂ ਘੱਟ ਕੀ ਹੁੰਦੇ ਨੇ, ਨੈਚੁਰਲ ਨੰਬਰਸ। ਹੁਣ ਤੁਸੀਂ ਕਹੋਗੇ ਨੈਚੁਰਲ ਨੰਬਰਸ ਤਾਂ ਜਿਹੜੇ ਸਾਰੇ ਨੰਬਰਸ ਹੁੰਦੇ ਉਹ ਨੈਚੁਰਲ ਨੰਬਰਸ ਹੁੰਦੇ ਆ, ਪਰ ਨੈਚੁਰਲ ਨੰਬਰਸ ਤੋਂ ਬਾਹਰ ਵੀ ਕੁਝ ਚੀਜ਼ਾਂ ਹੈਗੀਆਂ ਨੇ, ਜਿੱਦਾਂ ਜ਼ੀਰੋ। ਜ਼ੀਰੋ ਕਿਹਦੇ 'ਚ ਕਾਊਂਟ ਹੁੰਦੀ ਹੈ, ਹੋਲ ਨੰਬਰਸ ਵਿੱਚ। ਅੱਗੇ ਜਾ ਕੇ ਦੇਖੀਏ ਤਾਂ ਇੰਟੀਜ਼ਰਸ, ਇੰਟੀਜ਼ਰਸ ਵੀ ਨੈਚੁਰਲ ਨੰਬਰ ਤੋਂ ਬਾਹਰ ਨੇ। ਰੈਸ਼ਨਲ ਨੰਬਰ, ਰੈਸ਼ਨਲ ਨੰਬਰ ਵੀ ਨੈਚੁਰਲ ਨੰਬਰਸ ਤੋਂ ਬਾਹਰ ਨੇ। ਠੀਕ ਹੈ, ਰੈਸ਼ਨਲ ਕਿਹੜੇ ਹੁੰਦੇ ਨੇ, ਜਿਹੜੇ ਆਪਾਂ ਪੀ ਬਾਏ ਕਿਊ ਫਾਰਮ 'ਚ ਲਿਖ ਸਕਦੇ ਹਾਂ। ਰਾਈਟ, ਅੱਗੇ ਦੇਖਦੇ ਹਾਂ। ਇਹ ਜਿਹੜੇ ਸਾਰੇ ਦੇ ਸਾਰੇ ਹੁੰਦੇ ਆ ਨਾ, ਰੈਸ਼ਨਲ, ਇਰੈਸ਼ਨਲ, ਇੰਟੀਜ਼ਰਸ, ਹੋਲ ਨੰਬਰ, ਨੈਚੁਰਲ ਨੰਬਰਸ, ਸਾਰਿਆਂ ਦਾ ਇਹ ਸੈੱਟ ਕੀ ਕਿਹਾ ਜਾਂਦਾ ਹੈ, ਰੀਅਲ ਨੰਬਰਸ। ਰੀਅਲ ਨੰਬਰਸ ਕੀ ਹੁੰਦੇ ਆ, ਇਸ ਦੁਨੀਆ ਭਰ 'ਚ, ਆ ਇੱਕ ਛੋਟੀ ਜਿਹੀ ਦੁਨੀਆ ਹੈ, ਇਸ ਦੁਨੀਆ ਭਰ 'ਚ ਜਿੰਨੇ ਵੀ ਨੰਬਰਸ ਹੈਗੇ ਆ ਉਹਨਾਂ ਸਾਰਿਆਂ ਦਾ ਸੈੱਟ ਰੀਅਲ ਨੰਬਰਸ ਵਿੱਚ ਕਾਊਂਟ ਹੁੰਦਾ ਹੈ। ਠੀਕ ਹੈ, ਅਤੇ ਜਿਹੜੇ ਆ ਇਰੈਸ਼ਨਲ ਨੰਬਰਸ ਹੁੰਦੇ ਆ, ਇਹਨਾਂ ਦੀ ਕਿਸੇ ਨਾਲ ਨਹੀਂ ਬਣਦੀ, ਇਹ ਕਿਸੇ ਨੂੰ ਬੁਲਾ ਕੇ ਰਾਜ਼ੀ ਨਹੀਂ ਹੈਗੇ, ਇਹ ਆਪਦਾ ਵੱਖਰਾ ਹੀ ਘਰ ਬਣਾ ਕੇ ਅਤੇ ਇੱਥੇ ਵਸਾਈ ਬੈਠੇ ਆ। ਠੀਕ ਹੈ, ਇਹ ਕਹਿੰਦੇ ਵੀ ਨਾ ਹੀ ਸਾਡੇ 'ਚ ਨੈਚੁਰਲ ਨੰਬਰਸ ਆਉਂਦੇ, ਨਾ ਹੀ ਹੋਲ ਨੰਬਰਸ, ਨਾ ਸਾਡੀ ਇੰਟੀਜ਼ਰਸ ਨਾਲ ਬਣਦੀ, ਅਤੇ ਰੈਸ਼ਨਲ ਨਾਲ ਤਾਂ ਬਣਨੀ ਵੀ ਕੀ, ਉਹ ਤਾਂ ਇਹਨਾਂ ਦਾ ਹੈ ਹੀ ਨਹੀਂ ਇਹਨਾਂ ਦਾ ਆਪਸ ਵਿੱਚ। ਠੀਕ ਹੈ, ਓਕੇ, ਸੋ ਇਹ ਵਾਲਾ ਇੱਦਾਂ ਹੀ ਤੁਸੀਂ ਪੈਟਰਨ ਯਾਦ ਕਰਨਾ ਹੈ, ਬਹੁਤ ਈਜ਼ੀ ਹੈ, ਇੱਦਾਂ ਤੁਹਾਡੇ ਦਿਮਾਗ 'ਚ ਬੈਠ ਜਾਣਗੇ ਕਿਹੜਾ ਨੰਬਰ ਕਿਹਦਾ ਸਬਸੈਟ ਹੈਗਾ ਹੈ। ਓਕੇ, ਠੀਕ ਹੈ, ਇਹ ਸੀਗਾ ਅੱਜ ਦੇ ਡਿਸਕਸ਼ਨ ਵਾਲੇ ਸਾਰੇ ਟੌਪਿਕਸ। ਅੱਗੇ ਆਪਾਂ ਪ੍ਰੋਸੀਡ ਕਰਦੇ ਹਾਂ ਅੱਜ ਦੇ ਐਮ ਸੀ ਕਿਊਜ਼ ਵੱਲ। ਠੀਕ ਹੈ, ਇਹਨਾਂ ਦੇ ਵਿੱਚੋਂ ਬਹੁਤ ਸਾਰੇ ਕੁਐਸਚਨਸ ਆਉਣਗੇ ਐਮ ਸੀ ਕਿਊਜ਼ ਦੇ ਵਿੱਚ, ਸੋ ਧਿਆਨ ਨਾਲ ਦੇਖਣੇ ਆ ਅਤੇ ਧਿਆਨ ਨਾਲ ਕਵਰ ਕਰਨੇ ਆ। ਓਕੇ, ਠੀਕ ਹੈ, ਚਲੋ ਅੱਗੇ ਵਧਦੇ ਹਾਂ ਆਪਾਂ। ਅੱਜ ਦਾ ਫਸਟ ਕੁਐਸਚਨ ਕੀ ਹੈਗਾ ਹੈ, ਫਸਟ ਕੁਐਸਚਨ ਹੈਗਾ ਹੈ, ਇਨ 57803 ਵਟ ਇਜ਼ ਦਾ ਡਿਫਰੈਂਸ ਬਿਟਵੀਨ ਪਲੇਸ ਵੈਲਿਊ ਐਂਡ ਫੇਸ ਵੈਲਿਊ ਆਫ 8। ਆ ਗਿਆ ਨਾ ਉਹੀ ਕੁਐਸਚਨ ਜਿਹੜਾ ਅੱਜ ਆਪਾਂ ਸਭ ਤੋਂ ਪਹਿਲਾਂ ਡਿਸਕਸ ਕੀਤਾ ਸੀ ਟੌਪਿਕ। ਠੀਕ ਹੈ, ਉਹਨਾਂ ਨੇ ਕੀ ਪੁੱਛਿਆ ਹੈ, ਪਲੇਸ ਵੈਲਿਊ ਅਤੇ ਫੇਸ ਵੈਲਿਊ 'ਚ ਡਿਫਰੈਂਸ, ਕਿਹਦੀ ਪਲੇਸ ਵੈਲਿਊ ਅਤੇ ਫੇਸ ਵੈਲਿਊ, 8 ਦੀ। ਇਹ ਆਪਾਂ ਇੱਥੇ ਸੋਲਵ ਕਰਦੇ ਹਾਂ, 8 ਦੀ ਪਹਿਲਾਂ ਤਾਂ ਆਪਾਂ ਲਿਖਾਂਗੇ ਪਲੇਸ ਵੈਲਿਊ, ਫਿਰ ਲਿਖਾਂਗੇ ਫੇਸ ਵੈਲਿਊ। ਪਲੇਸ ਵੈਲਿਊ ਕੀ ਹੈਗੀ ਆ 8 ਦੀ, 800, ਪਲੇਸ ਮਤਲਬ ਜਿੱਥੇ ਉਹ ਪਿਆ ਹੈ, 800। ਓਕੇ, ਅੱਗੇ ਹੁਣ ਫੇਸ ਵੈਲਿਊ ਮਾਈਨਸ ਫੇਸ ਵੈਲਿਊ, ਫੇਸ ਵੈਲਿਊ ਕੀ ਹੋਏਗੀ, 8, ਇਹਨਾਂ ਨੂੰ ਸਬਟ੍ਰੈਕਟ ਕਰਕੇ ਕੀ ਆ ਗਿਆ, 792। 792 ਕਿਹੜੀ ਨੰਬਰ ਆਪਸ਼ਨ ਹੈ, ਡੀ ਨੰਬਰ ਆਪਸ਼ਨ। ਠੀਕ ਹੈ, ਆਪਣਾ ਆਨਸਰ ਕੀ ਆ ਗਿਆ, ਡੀ। ਠੀਕ ਹੈ, ਅੱਗੇ ਆਪਾਂ ਫਰਦਰ ਪ੍ਰੋਸੀਡ ਕਰਦੇ ਹਾਂ ਸੈਕਿੰਡ ਕੁਐਸਚਨ ਵੱਲ। ਸੈਕਿੰਡ ਕੁਐਸਚਨ ਹੈਗਾ ਹੈ, ਸਮਾਲੈਸਟ ਪ੍ਰਾਈਮ ਨੰਬਰ ਹੈ, ਸਮਾਲੈਸਟ ਪ੍ਰਾਈਮ ਨੰਬਰ ਕਿਹੜਾ ਹੈ, ਆਪਾਂ ਡਿਸਕਸ ਕੀਤਾ ਸੀ ਨਾ, ਇੱਕ ਵਾਰ ਵੀ ਨਹੀਂ, ਈਵਨ 2-3 ਵਾਰ ਡਿਸਕਸ ਕੀਤਾ ਹੈ। ਠੀਕ ਹੈ, ਜਲਦੀ ਜਲਦੀ ਵੀਡੀਓ ਨੂੰ ਸਟੋਪ ਕਰਕੇ ਕਮੈਂਟ ਬਾਕਸ ਵਿੱਚ ਆਨਸਰਸ ਦੱਸ ਦਿਓ, ਸਮਾਲੈਸਟ ਪ੍ਰਾਈਮ ਨੰਬਰ ਕਿਹੜਾ ਹੁੰਦਾ ਹੈ।
ਇਹਦਾ ਆਨਸਰ ਨਹੀਂ ਮੈਂ ਤੁਹਾਨੂੰ ਦੱਸਣਾ, ਠੀਕ ਹੈ? ਇਹ ਪੈਂਡਿੰਗ ਹੈ, ਤੁਹਾਡਾ ਹੋਮਵਰਕ ਹੈ ਕੁਸ਼ਚਨ, ਆਪਾਂ ਨੈਕਸਟ ਲੈਕਚਰ ਵਿੱਚ ਇਹਨੂੰ ਡਿਸਕਸ ਕਰਨਾ ਹੈ, ਠੀਕ ਹੈ? ਸਾਰੇ ਬੱਚੇ ਕਮੈਂਟਸ ਵਿੱਚ ਆਨਸਰ ਜ਼ਰੂਰ ਦਿਓ, ਠੀਕ ਹੈ? ਅੱਗੇ ਦੇਖਦੇ ਹਾਂ ਅੱਜ ਦਾ ਥਰਡ ਕੁਸ਼ਚਨ, ਸਮਾਲੈਸਟ ਇੰਟੀਜ਼ਰ। ਇੰਟੀਜ਼ਰਸ ਕਿਹੜੇ ਹੁੰਦੇ ਆ ਪਤਾ ਹੈ ਨਾ? ਸਮਾਲੈਸਟ ਇੰਟੀਜ਼ਰ ਕਿਹੜਾ ਹੋਏਗਾ? ਮਾਈਨਸ ਦਾ 2, ਕਿਉਂਕਿ ਇੰਟੀਜ਼ਰਸ ਇੱਧਰ ਵੀ ਚਲਦੇ ਜਾਂਦੇ ਹੁੰਦੇ, ਇੱਧਰ ਵੀ ਚਲਦੇ ਜਾਂਦੇ, ਨੈਗੇਟਿਵ ਵੀ ਹੁੰਦੇ ਆ, ਪੋਜ਼ਿਟਿਵ ਵੀ ਹੁੰਦੇ ਆ, ਠੀਕ ਹੈ? ਮਾਈਨਸ ਦਾ 2, ਆਨਸਰ ਨੰਬਰ ਡੀ। ਅੱਗੇ ਦੇਖਦੇ ਹਾਂ ਆਪਾਂ ਫੋਰਥ ਨੰਬਰ ਕੁਸ਼ਚਨ, ਇਫ ਪੀ ਐਂਡ ਕਿਊ ਆਰ ਓਡ ਨੰਬਰਸ ਦੈਨ ਵਿਚ ਆਫ ਦਾ ਫੋਲੋਇੰਗ ਇਜ਼ ਈਵਨ ਨੰਬਰ। ਉਹਨਾਂ ਨੇ ਕੀ ਕਿਹਾ ਹੈ, ਅਗਰ ਪੀ ਅਤੇ ਕਿਊ ਦੋਨੋਂ ਓਡ ਨੰਬਰਸ ਨੇ ਤਾਂ ਫੋਲੋਇੰਗ ਆ ਦਿੱਤੀਆਂ ਹੋਈਆਂ ਨੇ ਨਾ ਆਪਾਂ ਨੂੰ ਆਪਸ਼ਨਸ, ਇਹਨਾਂ ਦੇ ਵਿੱਚੋਂ ਈਵਨ ਨੰਬਰ ਕਿਹੜਾ ਹੋਏਗਾ? ਆਪਾਂ ਪਹਿਲਾਂ ਐਗਜ਼ਾਮਪਲ ਦੇ ਨਾਲ ਕਰਦੇ ਹਾਂ, ਜਿਵੇਂ 3 ਵੀ ਓਡ ਹੈ, ਇੱਕ ਹੋਰ ਕਿਹੜਾ ਲੈ ਲਈਏ 5, 3 ਅਤੇ 5 ਪੀ ਅਤੇ ਕਿਊ ਦੀ ਵੈਲਿਊ ਲੈ ਲਈਏ। ਅੱਗੇ ਉਹਨਾਂ ਨੇ ਆਪਾਂ ਨੂੰ ਇੱਥੇ ਕੀ ਕਿਹਾ ਹੈ, 3/5 ਇਹ ਈਵਨ ਹੈ? ਨਹੀਂ ਨਾ, 3+5 ਕਿੰਨਾ ਆ ਗਿਆ 7, ਇਹ ਈਵਨ ਹੈ? ਸੋਰੀ 8, ਇਹ ਈਵਨ ਹੈ ਕਿ ਓਡ ਹੈ? ਈਵਨ ਨੰਬਰ ਹੈ ਨਾ, ਇਹ ਸਹੀ ਹੋ ਗਿਆ। ਇਹ ਨਹੀਂ ਹੁੰਦਾ ਕਿ ਇੱਕ ਆਪਸ਼ਨ ਸਹੀ ਹੋ ਗਈ ਤਾਂ ਅੱਗੇ ਆਪਾਂ ਚੈੱਕ ਹੀ ਨਹੀਂ ਕਰਨਾ, ਆਪਾਂ ਅੱਗੇ ਫਰਦਰ ਚੈੱਕ ਕਰਨਾ ਹੈ, ਠੀਕ ਹੈ? 3+5 ਕਿੰਨਾ ਆ ਗਿਆ 5×3=15, ਇਹ ਵੀ ਨਹੀਂ ਹੈਗਾ। ਆਪਣਾ ਆਪਸ਼ਨ ਕਿਹੜੀ ਸਹੀ ਹੋ ਗਈ? ਬੀ ਆਪਸ਼ਨ ਹੈ। ਓਕੇ, ਅੱਗੇ ਚੱਲਦੇ ਹਾਂ ਆਪਾਂ ਨੈਕਸਟ ਵੱਲ, ਅੱਜ ਦੇ 5th ਕੁਐਸਚਨ ਤੇ। ਫੋਰਮ ਆ ਸਮਾਲੈਸਟ ਨੰਬਰ ਫਰੋਮ 0, 1, 2, 5। ਸਮਾਲੈਸਟ ਨੰਬਰ ਕਿੱਦਾਂ ਫੋਰਮ ਕਰਦੇ ਹਾਂ ਪਤਾ ਹੈ ਨਾ? ਉਹ ਆਪਾਂ ਇਹਨਾਂ 4 ਨੰਬਰਸ ਤੋਂ ਫੋਰਮ ਕਰਨਾ ਹੈ ਸਮਾਲੈਸਟ ਨੰਬਰ, ਠੀਕ ਹੈ? ਦੇਖਦੇ ਹਾਂ ਆਪਾਂ, ਸਭ ਤੋਂ ਛੋਟਾ ਨੰਬਰ ਪਹਿਲਾਂ ਲਿਖੀਦਾ 0, ਉਸ ਤੋਂ ਬਾਅਦ 1, ਫਿਰ 2, ਫਿਰ 5। ਇੱਥੇ ਦੇਖੋ ਐਕਸੀਡੈਂਟਲੀ ਪਹਿਲਾਂ ਹੀ ਨੰਬਰ ਉੱਦਾਂ ਲਿਖੇ ਹੋਏ ਸੀ, ਠੀਕ ਹੈ? ਇਹ ਤਾਂ ਤੁਹਾਡਾ ਗੁੱਡ ਲੱਕ ਹੈ, ਉੱਦਾਂ ਹੀ ਆਨਸਰ ਵਿੱਚ ਆ ਜਾਣਗੇ। ਹੁਣ ਇੱਥੇ ਆਪਸ਼ਨਸ ਚੈੱਕ ਕਰੋ, ਕਿਹੜੀ ਆਪਸ਼ਨ ਵਿੱਚ ਆਨਸਰ ਪਿਆ ਹੋਇਆ ਆਪਣਾ? ਬੀ ਆਪਸ਼ਨ 'ਚ। ਆਪਣਾ ਆਨਸਰ ਕੀ ਹੋ ਗਿਆ? ਆਪਸ਼ਨ ਨੰਬਰ ਬੀ। ਅੱਗੇ ਚੱਲਦੇ ਹਾਂ ਆਪਾਂ 6th ਨੰਬਰ ਕੁਐਸਚਨ ਤੇ। ਇਫ ਅ ਨੰਬਰ ਇਜ਼ ਮਲਟੀਪਲਾਈਡ ਬਾਏ 8, ਕੋਈ ਵੀ ਨੰਬਰ ਮਲਟੀਪਲਾਈ ਕਰਨਾ ਹੈ 8 ਨਾਲ, ਐਂਡ ਦੈਨ ਐਡਿਡ 17 ਟੂ ਇਟ। ਪਹਿਲਾਂ ਉਹਨਾਂ ਨੇ ਕੀ ਕਿਹਾ, ਕੋਈ ਨੰਬਰ 8 ਨਾਲ ਮਲਟੀਪਲਾਈ ਕਰਨਾ, ਆਪਾਂ ਨੰਬਰ ਲੈਟ ਕਰ ਲੈਂਦੇ ਹਾਂ ਐਕਸ, ਐਕਸ ਨੂੰ 8 ਨਾਲ ਮਲਟੀਪਲਾਈ ਕਰਨਾ ਹੈ, ਮਲਟੀਪਲਾਈ ਹੋ ਗਿਆ। ਅੱਗੇ ਉਹਨਾਂ ਨੇ ਕੀ ਕਿਹਾ, ਐਡਿਡ 17 ਟੂ ਇਟ, ਕਿੰਨਾ ਐਡ ਕਰਨਾ ਹੈ 17+17, ਐਂਡ ਗਿਵਸ 209। ਕੀ ਦਿੰਦਾ ਆਨਸਰ? 209। ਫਾਈਨ ਨੰਬਰ, ਨੰਬਰ ਕਿਵੇਂ ਫਾਈਨ ਕਰਾਂਗੇ? ਐਕਸ ਦੀ ਵੈਲਿਊ, ਠੀਕ ਹੈ, ਐਕਸ ਦੀ ਵੈਲਿਊ ਕਿੱਦਾਂ ਨਿਕਾਲਾਂਗੇ ਆਪਾਂ? 8x=209-17, ਇਹ ਕਿੰਨਾ ਆ ਗਿਆ 192। ਅੱਗੇ 8x=192, x=192/8, ਕਿੰਨਾ ਆ ਜਾਏਗਾ ਆਨਸਰ 24। ਹੁਣ ਦੇਖੋ ਇਹਦੇ 24 ਕਿੱਥੇ ਹੈਗਾ ਆਪਸ਼ਨਸ ਵਿੱਚ? ਫਸਟ ਨੰਬਰ 'ਤੇ। ਇਹ ਆਪਸ਼ਨ ਇਜ਼ ਰਾਈਟ ਆਨਸਰ, ਠੀਕ ਹੈ? ਇਹ ਨਾ ਇੱਦਾਂ ਨਹੀਂ ਹੈਗਾ ਕਿ ਤੁਸੀਂ ਰਿਕਾਰਡਿਡ ਲੈਕਚਰ ਦੇਖਦੇ ਪਏ ਹੋ ਤਾਂ ਤੁਸੀਂ ਬਸ ਕੰਟੀਨਿਊਸਲੀ ਦੇਖ ਕੇ ਚੱਕੀ ਜਾਣੇ ਆ ਸਾਰੇ ਕੁਸ਼ਚਨਸ। ਖੁਦ ਪਹਿਲਾਂ ਵੀਡੀਓ ਪੌਜ਼ ਕਰਕੇ ਜ਼ਰੂਰ ਵੇਖ ਲਿਓ, ਖੁਦ ਸੋਲਵ ਕਰਕੇ, ਠੀਕ ਹੈ? ਅੱਗੇ ਚੱਲਦੇ ਹਾਂ ਆਪਾਂ ਅੱਜ ਦੇ 7th ਕੁਸ਼ਚਨ 'ਤੇ।
इफ 169 इंटू एक्स इज डिविजिबल बाय 9। डिविजिबिलिटी वाला आ गया रूल आपां कीता सी ना सारिआं ने, डिविजिबिलिटी रूल बहुत वधिया एक्सप्लेन कीता सी। डिविजिबिलिटी रूल किदां चैक करदे हुंदे सी 9 दा, अगर नंबर्स दा सम डिविजिबल है 9 नाल तां नंबर डिविजिबल हो जांदा सी 9 नाल, राइट। हुण इत्थे नंबर उहनां ने की आपां नूं दित्ता है 169 इन एक्स, 169x ਇਹ ਨੰਬਰ ਆਪਾਂ ਨੂੰ ਦਿੱਤਾ ਹੋਇਆ। ਉਹਨਾਂ ਨੇ ਕਿਹਾ ਇਹ 9 ਨਾਲ ਡਿਵੀਜ਼ੀਬਲ ਹੈਗਾ ਏ, ਦਿੱਤਾ ਹੋਇਆ ਵੀ ਡਿਵੀਜ਼ੀਬਲ ਏ, ਠੀਕ ਹੈ। ਵੈਲਿਊ ਫਾਈਂਡ ਕਰਨੀ ਹੈ x ਦੀ, ਪਹਿਲਾਂ ਆਪਾਂ ਇਹਨਾਂ ਦਾ ਸਮ ਕਰਾਂਗੇ। 9 ਪਲੱਸ 1 ਪਲੱਸ 6 ਕਿੰਨਾ ਆ ਜਾਏਗਾ ਆਨਸਰ ਆਪਣੇ ਕੋਲ, 15। ਹੁਣ ਇਹ ਦੇਖੋ ਕਿੰਨਾ ਨੰਬਰ ਆਪਣੇ ਕੋਲ ਡਿਵੀਜ਼ੀਬਲ ਹੁੰਦਾ ਏ 9 ਨਾਲ। 9 ਨਾਲ ਕਿਹੜਾ ਨੰਬਰ ਡਿਵੀਜ਼ੀਬਲ ਹੁੰਦਾ ਏ? ਇੱਥੇ ਨਾ 16 ਆਏਗਾ, ਠੀਕ ਹੈ। 9 ਪਲੱਸ 6 ਕਰਤਾ ਸੀ ਮੈਂ 1 ਤਾਂ ਭੁੱਲੇਗੀ, 9 ਪਲੱਸ 6 15, 15 ਪਲੱਸ 1 16, ਓਕੇ 16 ਆ ਗਿਆ। ਆਪਾਂ ਨੂੰ ਕੀ ਪਤਾ 9 ਵਨਸ ਆ 9, 9 ਟੂਸ ਆ 18, 18 ਅਤੇ 16 'ਚ ਕਿੰਨਾ ਡਿਫਰੈਂਸ ਹੈਗਾ 2 ਦਾ। ਅਗਰ ਆਪਾਂ ਇੱਥੇ 2 ਲਗਾ ਦਈਏ ਤਾਂ ਕਿੰਨੇ ਹੋ ਜਾਣਗੇ ਨੰਬਰ ਇਹਨਾਂ ਦਾ ਸਮ? 1692 ਦਾ ਸਮ 16 ਪਹਿਲਾਂ ਸੀ, 17 ਅਤੇ 18, 18 ਹੋ ਗਿਆ, ਡਿਵੀਜ਼ੀਬਲ ਹੈ 9 ਨਾਲ। ਕਿੰਨਾ ਆ ਜਾਏਗਾ ਆਨਸਰ? 2। ਹੁਣ ਦੁਬਾਰਾ ਦੇਖੋ, ਆਪਾਂ ਨੂੰ ਨੰਬਰ ਦਿੱਤਾ ਹੋਇਆ ਸੀ 169x ਇਜ਼ ਡਿਵੀਜ਼ੀਬਲ ਬਾਏ 9, ਇਹ 9 ਨਾਲ ਡਿਵੀਜ਼ੀਬਲ ਹੈ। ਐਕਸ ਦੀ ਵੈਲਿਊ ਫਾਈਨ ਕਰਨ ਵਾਸਤੇ ਕਿਹਾ ਸੀ ਉਹਨਾਂ ਨੇ ਆਪਾਂ ਨੂੰ। ਆਪਾਂ ਨੂੰ ਪਤਾ ਹੈ ਅਗਰ ਕਿਸੇ ਨੰਬਰ ਦਾ ਸਮ 9 ਨਾਲ ਡਿਵੀਜ਼ੀਬਲ ਹੈ ਤਾਂ ਪੂਰੇ ਦਾ ਪੂਰਾ ਨੰਬਰ 9 ਨਾਲ ਡਿਵੀਜ਼ੀਬਲ ਹੋ ਜਾਂਦਾ ਹੁੰਦਾ, ਠੀਕ ਹੈ। ਆਪਾਂ ਇਹਦਾ ਪਹਿਲਾਂ ਸਮ ਨਿਕਾਲ ਲੈਣਾ, ਠੀਕ ਹੈ। ਸਮ ਕੀ ਆਇਆ ਸੀ ਆਪਣੇ ਕੋਲ? 16। ਕਿੰਨਾ ਘੱਟ ਸੀਗਾ? 2। ਅਗਰ ਆਪਾਂ ਇੱਥੇ 2 ਐਡ ਕਰ ਦਿਆਂਗੇ ਤਾਂ ਡਿਵੀਜ਼ੀਬਲ ਹੋ ਜਾਏਗਾ ਨਾ, ਤਾਂ ਕਰਕੇ ਆਪਾਂ 2 ਐਡ ਕਰਤਾ ਅਤੇ ਆਪਣਾ ਆਨਸਰ ਆ ਗਿਆ ਬੀ ਆਪਸ਼ਨ, ਓਕੇ। ਇੱਦਾਂ ਡਿਵੀਜ਼ੀਬਿਲਟੀ ਵਾਲੇ ਰੂਲ ਦੇ ਹੋਰ ਵੀ ਕੁਐਸਚਨਸ ਆ ਸਕਦੇ ਆ, ਕੋਈ ਵੀ ਆਪਣੇ ਤੋਂ ਪੁੱਛ ਸਕਦੇ ਆ ਉਹ, ਠੀਕ ਹੈ। ਜਿੱਦਾਂ ਆਪਾਂ ਕਾਫੀ ਜ਼ਿਆਦਾ ਕੀਤੀਆਂ ਸੀਗੀਆਂ ਨਾ ਡਿਵੀਜ਼ੀਬਿਲਟੀ ਟੈਸਟ, ਕਿਸੇ ਦਾ ਵੀ ਆ ਸਕਦਾ ਪੇਪਰ 'ਚ। ਅੱਗੇ ਆਪਾਂ ਚੱਲਦੇ ਹਾਂ ਅੱਜ ਦੇ ਫਰਦਰ ਕੁਐਸਚਨ 'ਤੇ। 8 ਨੰਬਰ ਕੁਐਸਚਨ, ਸਮ ਆਫ 2 ਨੰਬਰਸ ਇਜ਼ 33। ਉਹਨਾਂ ਨੇ ਕੀ ਕਿਹਾ? 2 ਨੰਬਰਸ ਦਾ ਸਮ ਹੈਗਾ 33। ਦੋ ਨੰਬਰ ਆਪਾਂ ਲੈਟ ਕਰ ਲਏ ਐਕਸ ਅਤੇ ਵਾਈ। ਅੱਗੇ ਉਹਨਾਂ ਨੇ ਕੀ ਕਿਹਾ? ਡਿਫਰੈਂਸ ਹੈਗਾ ਹੈ 15। 15 ਕੀ ਹੈ? ਡਿਫਰੈਂਸ, ਠੀਕ ਹੈ। ਅਤੇ ਫਾਈਂਡ ਕਰਨ ਵਾਸਤੇ ਕੀ ਕਿਹਾ? ਸਮਾਲੈਸਟ ਨੰਬਰ ਹੈ। ਦੋ ਨੰਬਰ ਨੇ ਮਤਲਬ ਇੱਕ ਆ ਅਤੇ ਇੱਕ ਆ, ਇੱਕ ਵੱਡਾ ਹੋਏਗਾ ਇੱਕ ਛੋਟਾ ਹੋਏਗਾ। ਛੋਟਾ ਨੰਬਰ ਉਹਨਾਂ ਨੇ ਆਪਾਂ ਨੂੰ ਫਾਈਂਡ ਕਰਨ ਵਾਸਤੇ ਕਿਹਾ ਹੈ, ਠੀਕ ਹੈ। ਛੋਟਾ ਨੰਬਰ ਕਿਵੇਂ ਫਾਈਂਡ ਕਰਾਂਗੇ ਆਪਾਂ? ਛੋਟੇ ਹੁੰਦੇ ਆਪਾਂ ਪਲੱਸ ਮਾਈਨਸ ਕਰਦੇ ਹੁੰਦੇ ਸੀ ਨਾ, ਬਸ ਐਜ਼ ਇਟ ਇਜ਼ ਉੱਦਾਂ ਹੀ ਕਰਨਾ ਹੈ। ਆ ਇਕੱਠ ਹੋ ਜਾਣਗੇ ਪਲੱਸ ਮਾਈਨਸ, 2x ਇਜ਼ ਇਕੁਅਲ ਟੂ 48। 2x ਕਿੰਨਾ ਆ ਗਿਆ? 48। ਐਕਸ ਕਿੰਨਾ ਆ ਜਾਏਗਾ? 48 ਅਪੋਨ 2, 24, ਠੀਕ ਹੈ। ਐਕਸ ਦੀ ਵੈਲਿਊ ਆ ਗਈ 24, ਇੱਥੇ ਪੁੱਟ ਕਰ ਦਿਆਂਗੇ ਆਪਾਂ। 24 ਪਲੱਸ ਵਾਈ ਇਜ਼ ਇਕੁਅਲ ਟੂ 33, ਵਾਈ ਇਜ਼ ਇਕੁਅਲ ਟੂ 33 ਮਾਈਨਸ 24, ਵਾਈ ਦਾ ਆਨਸਰ ਕਿੰਨਾ ਆ ਗਿਆ? 9। ਹੁਣ ਦੇਖੋ, ਐਕਸ ਆਇਆ ਸੀ 24, ਵਾਈ ਆਇਆ 9, ਦੋ ਨੰਬਰਸ ਆਇਆ, ਉਹਨਾਂ ਨੇ ਆਪਾਂ ਨੂੰ ਛੋਟਾ ਪੁੱਛਿਆ ਨਾ, ਛੋਟਾ ਨੰਬਰ ਕਿਹੜਾ ਹੈਗਾ? 9। ਹੁਣ ਇੱਧਰ ਕੁਐਸਚਨ ਵੱਲ ਇੱਕ ਵਾਰ ਧਿਆਨ ਦਿਓ, ਇੱਥੇ ਤਾਂ ਬਾਏ ਚਾਂਸ ਹੀ ਆਪਸ਼ਨਸ ਵਿੱਚ ਇੱਕ ਹੀ ਨੰਬਰ ਪਿਆ ਆਪਣੇ ਕੋਲ, ਦੋ ਨੰਬਰਸ ਆਏ ਨਾ ਜਿੱਦਾਂ 24 ਅਤੇ 9, 24 ਤਾਂ ਇੱਥੇ ਪਿਆ ਹੀ ਨਹੀਂ ਹੋਇਆ। ਮੋਸਟਲੀ ਪੇਪਰਸ ਵਿੱਚ ਪਤਾ ਕੀ ਕਰਦੇ ਹੁੰਦੇ ਆ ਐਗਜ਼ਾਮੀਨਰ ਤੁਹਾਨੂੰ ਸ਼ਫਲ ਕਰਨ ਵਾਸਤੇ, ਉਹ ਪਤਾ ਕੀ ਕਰਨਗੇ, ਜਿਹੜੇ ਵੀ ਦੋ ਨੰਬਰਸ ਆਉਂਦੇ ਪਏ ਨਾ ਆਨਸਰ ਵਿੱਚ, ਛੋਟਾ ਨੰਬਰ ਵੀ ਅਤੇ ਵੱਡਾ ਨੰਬਰ ਵੀ,
ਉਹ ਦੋਨੋਂ ਦੇ ਦੋਨੋਂ ਨੰਬਰ ਇੱਥੇ ਰੱਖਣਗੇ ਆਪਸ਼ਨਸ ਵਿੱਚ, ਤਾਂ ਕਿ ਉਹ ਤੁਹਾਨੂੰ ਕਨਫਿਊਜ਼ ਕਰ ਸਕਣ। ਓਕੇ, ਜਿੰਨਾਂ ਬੱਚਿਆਂ ਨੂੰ ਜ਼ਿਆਦਾ ਕਨਫਿਊਜ਼ ਕਰਨਗੇ ਉਨੇ ਆਨਸਰ ਗਲਤ ਹੋਣਗੇ ਬੱਚਿਆਂ ਦੇ, ਠੀਕ ਹੈ? ਇਸ ਗੱਲ ਦਾ ਹਮੇਸ਼ਾ ਧਿਆਨ ਰੱਖਣਾ ਹੈ। ਓਕੇ, ਅੱਗੇ ਚੱਲਦੇ ਹਾਂ ਆਪਾਂ ਫਰਦਰ ਕੁਐਸਚਨ ਵੱਲ, ਅੱਜ ਦੇ 9th ਨੰਬਰ ਕੁਐਸਚਨ ਤੇ। ਰਾਈਟ ਇਨ ਪੀ ਬਾਏ ਕਿਊ ਫੋਰਮ, ਸਿੰਪਲ ਜਿਹਾ ਹੈਗਾ, ਪੀ ਬਾਏ ਕਿਊ ਫੋਰਮ 'ਚ ਲਿਖਣਾ ਹੈ ਆਪਾਂ ਆਨਸਰ। ਕਿੱਦਾਂ ਲਿਖਾਂਗੇ? ਦੇਖੋ ਕੀ ਦਿੱਤਾ ਹੈ, 0.47, 0.47। ਅਗਰ ਆਪਣੇ ਕੋਲ ਇਕੱਲਾ 4.7 ਹੁੰਦਾ, ਆਪਾਂ ਕੀ ਕਰਨਾ ਸੀ? ਆਪਾਂ ਲਗਾ ਦੇਣਾ ਸੀ ਨੀਚੇ, ਜਿੰਨੇ ਵੀ ਪੁਆਇੰਟ ਤੋਂ ਬਾਅਦ ਜਿੰਨੇ ਵੀ ਨੰਬਰ ਹੁੰਦੇ ਆ ਉਹਨੀਆਂ ਨੀਚੇ ਜ਼ੀਰੋਸ ਲੱਗ ਜਾਂਦੀਆਂ ਹੁੰਦੀਆਂ, ਹੈ ਨਾ? ਅਗਰ ਇਕੱਲਾ 4.7 ਹੁੰਦਾ ਤਾਂ ਨੀਚੇ 1 ਲਗਾ ਦੇਣਾ ਸੀ ਆਪਾਂ। ਹੁਣ ਕੀ ਹੈਗਾ, ਪੁਆਇੰਟ ਤੋਂ ਬਾਅਦ, ਤਾਂ ਕੀ ਆਪਣਾ ਆਏਗਾ ਆਨਸਰ, 4.7/100। ਪੁਆਇੰਟ ਤੋਂ ਬਾਅਦ ਜਿੰਨੇ ਨੰਬਰ ਹੁੰਦੇ ਆ ਉਹਨੀਆਂ ਨੀਚੇ ਜ਼ੀਰੋਸ ਲੱਗ ਜਾਂਦੀਆਂ ਹੁੰਦੀਆਂ। ਆਪਸ਼ਨ ਦੇਖੋ, ਸੀ ਨੰਬਰ, ਸੀ ਇਜ਼ ਦਾ ਰਾਈਟ ਆਨਸਰ। ਅੱਗੇ ਆਪਾਂ ਚੱਲਦੇ ਹਾਂ ਫਰਦਰ ਕੁਐਸਚਨ ਵੱਲ, 10th ਨੰਬਰ ਕੁਐਸਚਨ, ਅੱਜ ਦੀ ਸ਼ੀਟ ਦਾ 10th ਨੰਬਰ ਕੁਐਸਚਨ। ਸਮ ਆਫ ਅ ਨੰਬਰ ਆਫ 2 ਡਿਜ਼ਿਟਸ ਐਂਡ ਦਾ ਨੰਬਰ ਓਬਟੇਨਡ ਬਾਈ ਰਿਵਰਸਿੰਗ ਦਾ ਡਿਜ਼ਿਟਸ ਆਫ ਦਾ ਫਸਟ ਨੰਬਰ ਇਜ਼ 110। ਉਹਨਾਂ ਨੇ ਆਪਾਂ ਨੂੰ ਕੀ ਕਿਹਾ ਹੈ, ਸਿੰਪਲ ਪੰਜਾਬੀ 'ਚ ਆਪਾਂ ਅਗਰ ਵੇਖੀਏ ਤਾਂ, ਦੋ ਨੰਬਰਾਂ ਦਾ ਸਮ ਹੈਗਾ ਹੈ, ਕਿਹੜੇ ਕਿਹੜੇ ਦੋ ਨੰਬਰਾਂ ਦਾ? ਇੱਕ ਜਿੱਦਾਂ ਉਹਨਾਂ ਨੇ ਪਹਿਲਾਂ ਕੀਤਾ ਐਕਸ ਵਾਈ ਦਾ ਸਮ, ਫਿਰ ਕਰ ਲਿਆ ਵਾਈ ਐਕਸ ਦਾ ਸਮ, ਠੀਕ ਹੈ? ਜਿਵੇਂ 1 2 + 2 1, ਇੱਦਾਂ ਨੰਬਰਸ ਰਿਵਰਸ ਕੀਤੇ ਨੇ, ਠੀਕ ਹੈ? ਉਹਨਾਂ ਦਾ ਸਮ ਕਰਕੇ ਆਨਸਰ ਆਉਂਦਾ 110। ਇਫ ਦਾ ਡਿਫਰੈਂਸ ਆਫ 2 ਡਿਜ਼ਿਟਸ ਇਜ਼ 4, ਉਹਨਾਂ ਨੇ ਹੁਣ ਕੀ ਕਿਹਾ, ਉਹਨਾਂ ਦੋਵਾਂ ਦਾ ਡਿਫਰੈਂਸ ਹੈਗਾ 4, ਮਾਈਨਸ ਕਰਿਆ ਕਿੰਨਾ ਆਉਂਦਾ 4। ਨੰਬਰ ਹੁਣ ਫਾਈਨ ਕਰਨ ਵਾਸਤੇ ਕਿਹਾ ਹੈ ਇੱਥੇ, ਹੁਣ ਆਪਾਂ ਪਤਾ ਕੀ ਕਰਾਂਗੇ, ਹਾਂ ਆਪਸ਼ਨਸ ਵੇਖ ਲਈਏ, ਜਿਹਦਾ ਆਨਸਰ 'ਚ ਮਾਈਨਸ 4 ਦਾ ਡਿਫਰੈਂਸ ਹੈਗਾ ਹੈ, ਮਾਈਨਸ ਕਰਿਆ 4 ਆਉਂਦਾ ਹੈ ਉਹ ਆਨਸਰ ਹੋਏਗਾ। ਪਰ ਐਗਜ਼ਾਮੀਨਰ ਨੇ ਦੇਖੋ ਇੱਥੇ ਕੀ ਕੀਤਾ ਹੈ, 6 - 2 - 4, 7 - 3 - 4, 8 - 4 - 3, 5 - 1 - 4, ਸਾਰਿਆਂ ਦਾ ਆਨਸਰ 4 4 4। ਕਰਤਾ ਨਾ ਕਨਫਿਊਜ਼, ਹੁਣ ਆਪਾਂ ਨੂੰ ਫਸਟ ਵਾਲਾ ਹੀ ਕੁਐਸਚਨ ਚੱਕਣਾ ਪੈਣਾ ਹੈ, ਠੀਕ ਹੈ? ਉਹ ਆਪਾਂ ਕਿੱਦਾਂ ਦੇਖਾਂਗੇ, ਆਪਸ਼ਨਸ ਨਾਲ ਹੀ। ਫਸਟ ਆਪਸ਼ਨ ਅਗਰ ਦੇਖੀਏ, 6 2, ਉਹਨਾਂ ਨੇ ਕੀ ਕਿਹਾ, ਰਿਵਰਸ ਕਰਕੇ ਸਮ ਕਰਨਾ ਹੈ, ਪਲੱਸ 2 6 ਕਿੰਨਾ ਆ ਗਿਆ, 88, ਗਲਤ ਹੋ ਗਿਆ। ਸੈਕਿੰਡ 73 + 37, ਸਹੀ ਆ ਗਿਆ ਨਾ ਆਨਸਰ, ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ। ਅੱਗੇ 3 ਆਪਾਂ ਫਿਰ ਵੀ ਸੀ ਆਪਸ਼ਨ ਚੈੱਕ ਕਰ ਲੈਂਦੇ ਹਾਂ, 84 + 48, ਨਹੀਂ ਆਏਗਾ ਨਾ ਆਨਸਰ, ਠੀਕ ਹੈ, ਇਹ ਵੀ ਗਲਤ ਹੋ ਗਿਆ। 51 + 15, ਇਹ ਵੀ ਨਹੀਂ ਆਏਗਾ, 6 6 ਨਹੀਂ ਆਇਆ ਨਾ, ਤਾਂ ਕਰਕੇ ਆਪਸ਼ਨ ਨੰਬਰ ਬੀ ਇਜ਼ ਦੀ ਰਾਈਟ ਆਨਸਰ। ਅੱਗੇ ਚੱਲਦੇ ਹਾਂ ਆਪਾਂ 11th ਨੰਬਰ ਕੁਐਸਚਨ ਤੇ। ਸੈੱਟ ਇਫ ਰੈਸ਼ਨਲ ਨੰਬਰਸ ਇਜ਼ ਅ ਸਬਸੈੱਟ ਆਫ, ਇੱਥੇ ਨਾ ਇਜ਼ ਇਫ ਨਹੀਂ ਆਏਗਾ, ਆਈ ਥਿੰਕ ਆਫ ਆਏਗਾ, ਸੈੱਟ ਆਫ ਰੈਸ਼ਨਲ ਨੰਬਰ ਇਜ਼ ਅ ਸਬਸੈੱਟ ਆਫ, ਠੀਕ ਹੈ? ਮੇ ਬੀ ਪ੍ਰਿੰਟਿੰਗ ਟਾਈਮ ਕੋਈ ਦਿੱਕਤ ਹੋ ਗਈ ਹੋਏਗੀ। ਸੈੱਟ ਆਫ ਰੈਸ਼ਨਲ ਨੰਬਰ ਇਜ਼ ਅ ਸਬਸੈੱਟ ਆਫ, ਸੈੱਟ ਆਫ ਰੈਸ਼ਨਲ ਨੰਬਰ, ਇਹ ਆਪਾਂ ਕੁਐਸਚਨਸ ਕੀਤੇ ਸੀ ਨਾ ਪਿੱਛੇ ਹੀ, ਲਾਸਟ 'ਤੇ ਆਪਾਂ ਜੋ ਕੀਤਾ ਗ੍ਰਾਫ ਤਰ੍ਹਾਂ ਇੱਕ ਬਣਿਆ ਹੋਇਆ ਸੀ ਪੈਟਰਨ, ਉਹਦੇ ਵਿੱਚ ਇਹ ਸਾਰੇ ਕੁਐਸਚਨ ਸੀਗੇ ਸੀ। ਹੁਣ ਤੁਸੀਂ ਦੱਸੋ, ਰੈਸ਼ਨਲ ਨੰਬਰਸ ਦਾ ਸੈੱਟ ਕਿਹਦਾ ਸੈੱਟ ਹੈ, ਰੈਸ਼ਨਲ ਨੰਬਰਸ
ਕਿੰਦਾ ਹੋਏਗਾ? ਨੈਚੁਰਲ ਨੰਬਰਸ ਦਾ? ਨਹੀਂ। ਇੰਟੀਜ਼ਰਸ ਦਾ? ਨਹੀਂ। ਰੀਅਲ ਨੰਬਰਸ ਦਾ? ਯੈਸ। ਸੈੱਟ ਆਫ ਰੈਸ਼ਨਲ ਨੰਬਰਸ ਇਜ਼ ਅ ਸਬਸੈੱਟ ਆਫ ਰੀਅਲ ਨੰਬਰਸ, ਮਤਲਬ ਰੀਅਲ ਨੰਬਰਸ ਦਾ ਸਬਸੈੱਟ ਹੈਗਾ ਹੈ ਰੈਸ਼ਨਲ ਨੰਬਰਸ। ਆਪਾਂ ਕੀਤਾ ਸੀ ਨਾ ਰੀਅਲ ਨੰਬਰਸ ਕੀ ਹੁੰਦੇ ਆ, ਜਿਹੜੇ ਸਾਰੇ ਦੇ ਸਾਰੇ ਪਰਿਵਾਰ ਨੂੰ ਲੈ ਕੇ ਇਕੱਠੇ ਬੈਠੇ ਹੋਏ ਨੇ, ਉਹ ਹੈਗੇ ਨੇ ਰੀਅਲ ਨੰਬਰਸ। ਰੀਅਲ ਨੰਬਰ ਹੈਗਾ ਦਾਦਾ, ਜਿਹੜਾ ਸਾਰੇ ਪਰਿਵਾਰ ਨੂੰ ਲੈ ਕੇ ਇਕੱਠਾ ਬਹਿ ਜਾਂਦਾ, ਠੀਕ ਹੈ, ਵਿਹੜੇ 'ਚ। ਰੀਅਲ ਨੰਬਰਸ ਦਾਦੇ ਦਾ ਨਾਮ ਕੀ ਹੈ? ਰੀਅਲ ਨੰਬਰਸ। ਓਕੇ, ਅੱਗੇ ਚੱਲਦੇ ਹਾਂ ਆਪਾਂ ਅੱਜ ਦੀ ਸਲਾਈਡ ਦਾ 12th ਕੁਐਸਚਨ 'ਤੇ। ਸੋਲਵ 5 ਪਲੱਸ ਅੰਡਰ ਰੂਟ 5 ਮਲਟੀਪਲਾਈ 5 ਮਾਈਨਸ ਅੰਡਰ ਰੂਟ 5। ਬਹੁਤ ਸਿੰਪਲ ਜਿਹਾ ਹੈਗਾ, ਜਿਹੜੇ ਆਪਾਂ ਫੋਰਮੂਲੇ ਕੀਤੇ ਆ ਨਾ ਪਿੱਛੇ, ਉਹਨਾਂ ਵਿੱਚੋਂ ਹੀ ਹੈਗੇ ਨੇ। ਜਿੱਦਾਂ ਆਪਾਂ ਏ ਪਲੱਸ ਬੀ ਲੈ ਲਈਏ, ਇਹਨੂੰ ਲੈਟ ਕਰ ਲਓ ਏ, ਇਹਨੂੰ ਲੈਟ ਕਰ ਲਓ ਬੀ, ਠੀਕ ਹੈ, ਏ ਪਲੱਸ ਬੀ। ਅੱਗੇ ਏ ਮਾਈਨਸ ਬੀ, ਏ ਮਾਈਨਸ ਬੀ ਮਲਟੀਪਲਾਈ 'ਚ ਨਾ ਏ ਮਾਈਨਸ ਬੀ, ਇਹਨੂੰ ਆਪਾਂ ਕਿਵੇਂ ਸੋਲਵ ਕਰਾਂਗੇ? ਇਹ ਫਾਰਮੂਲਾ ਇੱਕ, ਠੀਕ ਹੈ, ਏ ਪਲੱਸ ਬੀ ਏ ਮਾਈਨਸ ਬੀ ਦਾ ਫਾਰਮੂਲਾ ਹੈਗਾ ਹੈ ਏ ਸਕੁਅਰ ਮਾਈਨਸ ਬੀ ਦਾ ਸਕੁਅਰ। ਪਹਿਲਾਂ ਏ ਦਾ ਸਕੁਅਰ, ਫਿਰ ਬੀ ਦਾ ਸਕੁਅਰ। ਏ ਕੀ ਹੈਗਾ? 5 ਦਾ ਸਕੁਅਰ ਮਾਈਨਸ ਅੰਡਰ ਰੂਟ 5 ਦਾ ਸਕੁਅਰ। 5 ਦਾ ਸਕੁਅਰ ਕਿੰਨਾ ਹੁੰਦਾ? 5 5s are 25 ਮਾਈਨਸ, ਆਹ ਤਾਂ ਕੱਟਿਆ ਸੀਗਾ, ਪਤਾ ਨਾ ਸਾਰਿਆਂ ਨੂੰ, ਅੰਡਰ ਰੂਟ ਨਾਲ ਸਕੁਅਰ ਰੂਟ ਕੱਟ ਹੋ ਜਾਂਦਾ, ਮਾਈਨਸ 5। ਆਂਸਰ ਕੀ ਆ ਗਿਆ? 20। ਏ ਨੰਬਰ ਆਪਸ਼ਨ 20 ਨੰਬਰ 20 ਆਂਸਰ। ਆਪਾਂ ਨਾ ਸਕੁਅਰਸ ਵੀ ਕਰਨੇ ਆ, ਠੀਕ ਹੈ, ਇੱਕ ਟ੍ਰਿਕ ਨਾਲ ਤੁਹਾਨੂੰ ਕਰਵਾਵਾਂਗੇ, ਸਕੁਅਰਸ ਈਜ਼ੀਲੀ ਹੋ ਜਾਣਗੇ, ਤੁਸੀਂ ਕਿਹੜੇ ਵੀ ਨੰਬਰ, ਜਿਹੜਾ ਮਰਜ਼ੀ ਨੰਬਰ ਹੋਇਆ ਉਹਦਾ ਸਕੁਅਰ ਫਾਇੰਡ ਆਊਟ ਕਰ ਲਓਗੇ। ਓਕੇ, ਠੀਕ ਹੈ, ਚਲੋ ਅੱਜ ਲਈ 12 ਕੁਐਸਚਨਸ ਸਫੀਸ਼ੈਂਟ ਆ ਮੇਰੇ ਅਕੋਰਡਿੰਗ, ਅਤੇ ਅੱਗੇ ਆਪਾਂ ਫਰਦਰ ਕੰਟੀਨਿਊ ਕਰਾਂਗੇ ਕੱਲ੍ਹ ਵਾਲੇ ਲੈਕਚਰ 'ਚ। ਅਤੇ ਜਿਹੜਾ ਤੁਹਾਨੂੰ ਇੱਕ ਕੁਐਸਚਨ ਦਾ ਹੋਮਵਰਕ ਦਿੱਤਾ ਉਹ ਜ਼ਰੂਰ ਕਰ ਲਿਓ, ਠੀਕ ਹੈ, ਹੋਮਵਰਕ ਕਵਰ ਕਰਕੇ ਆਇਓ ਇੱਕ ਕੁਐਸਚਨ ਦਾ ਜੋ ਤੁਹਾਨੂੰ ਦਿੱਤਾ ਹੈ, ਠੀਕ ਹੈ। ਅਤੇ ਬਾਕੀ ਸਾਰਾ ਲੈਕਚਰ ਧਿਆਨ ਨਾਲ ਰਿਵਾਈਜ਼ ਕਰ ਲਿਓ, ਅਤੇ ਜੋ ਕੁਛ ਅੱਜ ਆਪਾਂ ਬੇਸਿਕਸ ਜੋ ਪਹਿਲਾਂ ਕੀਤੇ ਆ ਸਟਾਰਟਿੰਗ ਲੈਕਚਰ 'ਚ ਉਹ ਵੀ ਰਿਵਾਈਜ਼ ਜ਼ਰੂਰ ਕਰ ਲਿਓ, ਉਹਨਾਂ ਦੇ ਵਿੱਚੋਂ ਹੀ ਤੁਹਾਡੇ ਸਾਹਮਣੇ ਹੀ ਆ ਸਾਰੇ ਕੁਐਸਚਨਸ, ਉਹਨਾਂ ਦੇ ਵਿੱਚੋਂ ਹੀ ਆਏ ਹੋਏ ਆ, ਰਾਈਟ, ਠੀਕ ਹੈ। ਇਹ ਵਾਲੇ ਕੁਐਸਚਨਸ ਦੀ ਪ੍ਰੈਕਟਿਸ ਜ਼ਰੂਰ ਕਰ ਲਿਓ, 101% ਗਰੰਟੀ ਹੈ ਇਹੀ ਕੁਐਸਚਨਸ ਤੁਹਾਡੇ ਪੇਪਰ 'ਚ ਪਏ ਹੋਣਗੇ, ਠੀਕ ਹੈ। ਮੋਸਟਲੀ ਅਗਰ ਆਪਾਂ PSAT ਨੂੰ ਦੇਖੀਏ ਤਾਂ ਤੁਹਾਨੂੰ ਪਤਾ ਇਹਦੇ ਵਿੱਚ ਕਿੰਨੇ ਜ਼ਿਆਦਾ ਪ੍ਰੀਵੀਅਸ ਈਅਰ ਕੁਐਸਚਨਸ ਹੈਗੇ ਆ ਜਿਹੜੇ ਡਾਇਰੈਕਟ ਪੇਪਰ 'ਚੋਂ ਚੱਕੇ ਹੋਏ ਆ, ਅਤੇ ਤੁਹਾਨੂੰ ਤਾਂ ਪਤਾ ਹੀ ਹੋਏਗਾ ਮੋਸਟਲੀ ਜਿਹੜੇ ਵੀ ਆਪਾਂ ਕੰਪੀਟੀਟਿਵ ਐਗਜ਼ਾਮਸ ਵੇਖੀਏ ਉਹਦੇ 'ਚ ਪ੍ਰੀਵੀਅਸ ਈਅਰ ਕੁਐਸਚਨਸ ਬਹੁਤ ਚੱਕੇ ਹੁੰਦੇ ਆ, ਠੀਕ ਹੈ। ਅਤੇ ਇੱਥੇ ਤੁਹਾਡੇ ਵਿੱਚ ਹੀ ਪ੍ਰੀਵੀਅਸ ਈਅਰ ਵੀ ਕਵਰ ਹੋ ਜਾਣਗੇ ਅਤੇ ਨਵੇਂ ਕੁਐਸਚਨਸ ਵੀ ਕਵਰ ਹੋ ਜਾਣਗੇ, ਠੀਕ ਹੈ। ਹਰ ਇੱਕ ਕੁਐਸਚਨ ਕਵਰ ਹੋਏਗਾ ਜੋ ਜੋ ਆਪਾਂ ਬੇਸਿਕਸ ਕੀਤੇ ਆ ਉਹਦੇ ਰਿਲੇਟਿਡ, ਠੀਕ ਹੈ। ਅਤੇ ਪ੍ਰੀਵੀਅਸ ਈਅਰ ਤਾਂ ਸਾਰੇ ਦੇ ਸਾਰੇ ਹੀ ਕਵਰ ਕਰਵਾਵਾਂਗੀ ਮੈਂ, ਠੀਕ ਹੈ। ਚਾਹੇ ਉਹਨਾਂ ਲਈ ਇੱਕ ਅਲੱਗ ਸੀਰੀਜ਼ ਕਿਉਂ ਨਾ ਸ਼ੁਰੂ ਕਰਨੀ ਪਵੇ, ਪ੍ਰੀਵੀਅਸ ਈਅਰ ਕੁਐਸਚਨਸ ਜ਼ਰੂਰ ਕਵਰ ਕਰਵਾਵਾਂਗੇ, ਠੀਕ ਹੈ। ਅਤੇ ਬਾਕੀ ਅਗਰ ਕਿਸੇ ਬੱਚਿਆਂ ਨੂੰ CDP ਦੀ ਨੀਡ ਹੈਗੀ ਆ ਲੈਕਚਰਸ ਦੀ ਤਾਂ ਕਮੈਂਟਸ ਵਿੱਚ ਜ਼ਰੂਰ ਦੱਸਿਓ। ਸੋਚ ਰਹੇ ਹਾਂ ਕਿ ਨੈਕਸਟ ਡੇਜ਼ ਵਿੱਚ CDP ਦੇ ਲੈਕਚਰਸ ਸਟਾਰਟ ਕਰੀਏ, ਠੀਕ ਹੈ। MCQs ਜਾਂ ਫਿਰ ਥਿਊਰੀ ਉਹ ਤੁਸੀਂ ਕਮੈਂਟਸ ਵਿੱਚ ਜ਼ਰੂਰ ਦੱਸਿਓ ਕੀ ਚੀਜ਼ ਚਾਹੀਦੀ ਆ, ਓਕੇ, ਫਿਰ ਅੱਗੇ ਉਸ ਅਕੋਰਡਿੰਗ ਦੇਖ ਲਾਂਗੇ। ਬਾਕੀ ਸਾਰੇ ਬੱਚੇ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਕਰਨਾ ਨਾ ਭੁੱਲਿਓ, ਓਕੇ। ਅਤੇ ਜਿਹੜੇ ਵੀ ਚੈਨਲ ਦੇ ਨਵੇਂ ਬੱਚੇ ਹੈਗੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ, ਅਤੇ PDFs ਤੁਹਾਨੂੰ ਮਿਲ ਜਾਣਗੀਆਂ ਟੈਲੀਗ੍ਰਾਮ ਦੇ ਚੈਨਲ 'ਤੇ।
ਟੈਲੀਗ੍ਰਾਮ ਚੈਨਲ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ 'ਚ ਮਿਲ ਜਾਏਗਾ। ਓਕੇ, ਸੋ ਉਮੀਦ ਕਰਦੇ ਹਾਂ ਅੱਜ ਦਾ ਲੈਕਚਰ ਤੁਹਾਨੂੰ ਸਾਰਾ ਸਮਝ ਆਇਆ ਹੋਏਗਾ। ਓਕੇ, ਅਤੇ ਰਿਵਾਈਜ਼ ਜ਼ਰੂਰ ਕਰ ਲਿਓ। ਓਕੇ, ਸੋ ਥੈਂਕ ਯੂ।